ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਗੁਰਸਿੰਘ ਸਭਾ ਸਿਵਸਾਗਰ ਆਸਾਮ, ਇੱਥੇ ਜਿੰਨੇ ਵੀ ਵੀਰ ਨੇ ਸਭ ਨੇ ਬੜਾ ਆਦਰ ਮਾਣ ਸਤਿਕਾਰ ਦਿੱਤਾ। ਖਾਸ ਤੌਰ 'ਤੇ ਮਨਿੰਦਰ ਸਿੰਘ ਜੀ ਜਿਹੜੇ ਮੇਰੇ ਨਾਲ ਖਲੋਤੇ ਨੇ, ਜਦ ਦੇ ਅਸੀਂ ਨੌਰਥ ਈਸਟ 'ਚ ਐਂਟਰ ਕੀਤੇ ਹਾਂ ਤਦ ਤੋਂ ਮਨਿੰਦਰ ਸਿੰਘ ਜੀ ਸਾਡੇ ਨਾਲ ਬਣੇ ਹੋਏ ਨੇ, ਅਤੇ ਹਰ ਸਟੇਸ਼ਨ 'ਤੇ, ਹਰ ਸ਼ਹਿਰ 'ਤੇ ਜਿਹੜੀ ਵੀ ਜਿੱਥੇ ਵੀ ਕਿੱਥੇ ਕੋਈ ਮਦਦ ਦੀ ਲੋੜ ਪਈ ਹੈ ਅਤੇ ਇਹਨਾਂ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਹੈਗਾ। ਹੁਣ ਅਸੀਂ ਚਾਲੇ ਪਾਉਣ ਲਈ ਤਿਆਰ ਹੈਗੇ ਹਾਂ ਨਾਜ਼ਰਾ, ਅਤੇ ਨਾਜ਼ਰਾ ਤੋਂ ਉਪਰੰਤ ਅਸੀਂ ਜਾਵਾਂਗੇ ਮਚੂਕਾ ਵੱਲ, ਅਤੇ ਰਾਤ ਸਾਨੂੰ ਰੁਕਣਾ ਪੈਣਾ ਪਾਸੀਘਾਟ। ਉੱਥੇ ਪਹੁੰਚ ਕੇ ਇੱਕ ਵਾਰ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ। ਤਦ ਤੱਕ ਤੁਸੀਂ ਵੇਖਦੇ ਰਹੋ ਦ ਸਪਿਰਚੁਅਲ ਜਰਨੀ ਆਫ ਟਰਬਨ ਟਰੈਵਲਰ ਔਨ PTC ਨੈਟਵਰਕ। ਅਸੀਂ ਇਸ ਵਕਤ ਖਲੋਤੇ ਹੈਗੇ ਹਾਂ ਨਾਜ਼ਰਾ ਦੇ ਅੰਦਰ ਬਾਲੀਘਾਟ ਸ਼ਿਵ ਮੰਦਿਰ ਦੇ ਵਿੱਚ। ਬਾਲੀਘਾਟ ਸ਼ਿਵ ਮੰਦਿਰ ਉਹ ਸਥਾਨ ਹੈ ਜਿੱਥੇ ਅਲੂਨੀਆ ਬਾਬਾ ਦੀ ਇਹ ਸਮਾਧ ਹੈ। ਅਲੂਨੀਆ ਬਾਬਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਿਸ਼ ਸੀ, ਐਸਾ ਇਤਿਹਾਸਕਾਰ ਦੱਸਦੇ ਨੇ। ਉਹਨਾਂ ਨੂੰ ਅਲੂਨੀਆ ਬਾਬਾ ਇਸ ਕਰਕੇ ਆਖਿਆ ਜਾਂਦਾ ਸੀ ਕਿਉਂਕਿ ਉਹਨਾਂ ਨੇ ਜ਼ਿੰਦਗੀ 'ਚ ਕਦੀ ਨਮਕ ਨਹੀਂ ਖਾਇਆ ਸੀ। ਮੇਰੇ ਪਿੱਛੇ ਰਾਈਟ ਸਾਈਡ 'ਤੇ ਤੁਸੀਂ ਇਹ ਦੇਖ ਸਕਦੇ ਹੋ ਉਹਨਾਂ ਦੀ ਇਹ ਸਮਾਧ ਹੈ। ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਉਪਰੰਤ ਇੱਥੇ ਇੱਕ ਧਰਮਸਾਲ ਉਹਨਾਂ ਨੇ ਬਣਾਈ ਜਿਹਦੀ ਉਹ ਦੇਖ ਰੇਖ ਕਰਦੇ ਸੀਗੇ। ਉਹਨਾਂ ਦੇ ਚਲਾਨਾ ਕਰਨ ਤੋਂ ਉਪਰੰਤ ਉਹ ਧਰਮਸਾਲ ਖਤਮ ਹੋ ਗਈ ਅਤੇ ਅੱਜ ਖਾਲੀ ਅਵਸ਼ੇਸ਼ ਰੂਪ ਇਹ ਉਹਨਾਂ ਦੀ ਸਮਾਧ ਦੇਖਣ ਨੂੰ ਮਿਲਦੀ ਹੈ। ਅਤੇ ਨਾਲ ਮੇਰੇ ਲੈਫਟ ਸਾਈਡ 'ਤੇ ਇਹ ਪੁਰਾਤਨ ਸ਼ਿਵ ਮੰਦਿਰ ਦੇਖਣ ਨੂੰ ਮਿਲਦਾ ਹੈ। ਇਸ ਪੂਰੇ ਏਰੀਏ ਦੇ ਅੰਦਰ 5-6 ਛੋਟੇ ਛੋਟੇ ਗਾਂਵ ਨੇ ਜਿਹਦੇ ਅੰਦਰ ਗਿਰਗਾਓਂ ਉਹ ਸਥਾਨ ਹੈ ਜਿਹੜਾ ਕਿ ਅਹੋਮ ਰਾਜਾ ਦੀ ਕੈਪੀਟਲ ਹੋਇਆ ਕਰਦਾ ਸੀਗਾ। ਅਹੋਮ ਰਾਜਾ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀਮੰਤ ਸ਼ੰਕਰ ਦੇਵ ਇਸ ਸਥਾਨ 'ਤੇ ਆ ਕੇ ਮਿਲੇ ਸੀ, ਜਿਹਨੂੰ ਗਿਰਗਾਓਂ ਕਹਿੰਦੇ ਨੇ। ਉਸ ਸਥਾਨ 'ਤੇ ਉਹਨਾਂ ਨਾਲ ਬਚਨ ਵਿਲਾਪ ਹੋਇਆ ਸੀ ਗੁਰੂ ਨਾਨਕ ਦੇਵ ਜੀ ਦਾ ਅਹੋਮ ਰਾਜਾ ਨਾਲ। ਉਪਰੰਤ ਉਹ ਅੱਗੇ ਦੀ ਯਾਤਰਾ 'ਤੇ ਮਚੂਕਾ ਵੱਲ ਪ੍ਰਸਥਾਨ ਕਰ ਗਏ ਸੀ। ਡੀਖੋ ਨਦੀ ਦੇ ਕੰਧੇ 'ਤੇ ਵਸਿਆ ਹੋਇਆ ਸਥਾਨ ਜਿੱਥੇ ਅਸੀਂ ਇਸ ਵਕਤ ਖਲੋਤੇ ਹੈਗੇ ਹਾਂ, ਇਹ ਉਹ ਪੁਰਾਤਨ ਸਥਾਨਾਂ ਵਿੱਚੋਂ ਹੈ ਜਿਹਦੇ ਬਾਰੇ 'ਚ ਇਹ ਕਿਹਾ ਗਿਆ ਕਿ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀ। ਆਓ ਅੰਦਰ ਚੱਲ ਕੇ ਤੁਹਾਨੂੰ ਹੋਰ ਇਤਿਹਾਸ ਦੱਸਣੇ ਆ ਅਤੇ ਉਹ ਸਮਾਧ ਦੇ ਵੀ ਦਰਸ਼ਨ ਕਰਾਉਣੇ ਆ ਜਿਹੜੀ ਕਿ ਇੱਥੇ ਲੂਣੀਆ ਬਾਬਾ ਦੀ ਬਣੀ ਹੋਈ। ਤੂੰ ਹੀ ਦੁਨੀਆ ਵਾਲੀ ਖੇਡ ਰਚਾਈ, ਹਰ ਡੁੱਬਦੀ ਬੇੜੀ ਤੂੰ ਪਾਰ ਲੰਘਾਈ, ਪਾਰ ਲੰਘਾਈ। ਸਵੱਲੀ ਰੱਖ ਮੇਰੇ ਦੇਵੀ, ਸਵੱਲੀ ਰੱਖ ਮੇਰੇ ਤੇ, ਸਵੱਲੀ ਰੱਖ ਮੇਰੇ ਤੇ ਨਿਗਾਹ ਬਾਬਾ ਨਾਨਕਾ, ਛੱਡੀ ਨਾ ਕਦੇ। ਮੇਰੇ ਨਾਲ ਇਸ ਵਕਤ ਨੇ ਸਰਦਾਰ ਹਰਪਾਲ ਸਿੰਘ ਜੀ ਜਿਹੜੇ ਕਿ ਇੱਥੇ ਸਥਾਨੀ ਨਿਵਾਸੀ ਨੇ, 70 ਸਾਲ ਦੀ ਇਹਨਾਂ ਦੀ ਆਯੂ ਹੈ ਅਤੇ ਬਚਪਨ ਤੋਂ ਅਸੀਂ ਸ਼ਹਿਰੀ ਜਾਂਦੇ ਆ ਰਹੇ ਨੇ। ਆਓ ਇਹਨਾਂ ਕੋਲ ਪੁੱਛਦੇ ਹਾਂ ਕਿ ਇਹਨਾਂ ਨੂੰ ਇਸ ਸਥਾਨ ਦੇ ਬਾਰੇ 'ਚ ਅਤੇ ਗੁਰੂ ਨਾਨਕ ਦੇਵ ਜੀ ਦੇ ਇੱਥੇ ਆਉਣ ਦੇ ਬਾਰੇ 'ਚ ਕੀ ਪਤਾ। ਹਰਪਾਲ ਸਿੰਘ ਜੀ, ਤੁਸੀਂ ਇਹ ਦੱਸੋਗੇ ਕਿ ਤੁਹਾਨੂੰ ਇਸ ਸਥਾਨ ਦੇ ਬਾਰੇ 'ਚ ਕੀ ਇਤਿਹਾਸ ਪਤਾ ਹੈ ਅਤੇ ਤੁਹਾਡਾ ਮਨ ਕੀ ਕਹਿੰਦਾ ਹੈ ਕਿ ਇੱਥੇ ਗੁਰੂ ਨਾਨਕ ਦੇਵ ਜੀ ਆਏ ਸੀ ਕਿ ਨਹੀਂ ਆਏ ਸੀ, ਕਿਉਂਕਿ ਇੱਥੇ ਕੋਈ ਐਸੇ ਪਰੋਕਸ਼ ਪ੍ਰਮਾਣ ਸਾਨੂੰ ਦੇਖਣ ਨੂੰ ਨਹੀਂ ਮਿਲੇ ਜੀ? ਹਾਂਜੀ, ਇਹ ਤਾਂ ਗੱਲ ਸਹੀ ਹੈ ਕਿ ਠੋਸ ਪ੍ਰਮਾਣ ਤਾਂ ਨਹੀਂ ਮਿਲਿਆ, ਲੇਕਿਨ ਸਾਨੂੰ ਇਹ ਵਿਸ਼ਵਾਸ ਹੈ ਜਿਸ ਨਗਰੀ ਇਹ ਨਾਜ਼ਰਾ ਉਹਨਾਂ ਦੇ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਦੇ ਉੱਤੇ ਹੀ ਬਣਿਆ ਨਾਂ ਬਣਿਆ ਹੈ, ਔਰ ਇਹ ਸ਼ਹਿਰ ਵੀ ਪੁਰਾਣਾ। ਵੈਸੇ ਵੀ ਇੱਥੇ ਲੋਕ, ਅਸਾਮ ਦੇ ਲੋਕ ਵੀ ਥੋੜ੍ਹੇ ਜਿਹੇ ਕਹਿੰਦੇ ਨੇ, ਹਿਸਟਰੀ ਦੇ ਮੁਤਾਬਿਕ ਤਾਂ ਸਾਨੂੰ ਪਤਾ ਹੈ, ਲੇਕਿਨ ਉਹ ਪੁਰਾਣੀ ਹਿਸਟਰੀ ਅੱਜ ਗਾਇਬ ਹੋ ਗਈ ਆ। ਉਹ ਅਗਰ ਮਿਲ ਜਾਏ ਤਾਂ ਅਸੀਂ ਪ੍ਰੂਫ ਜ਼ਰੂਰ ਕਰ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਇੱਥੇ ਆਏ ਨੇ, ਇੱਥੇ ਦਰਸ਼ਨ ਦਿੱਤੇ ਆ, ਇੱਥੇ ਗੁਰੂ ਸ਼ੰਕਰ ਦੇਵ ਜੀ ਦੇ ਨਾਲ ਬੈਠ ਕੇ ਧਰਮ ਪ੍ਰਚਾਰ ਜ਼ਰੂਰ ਕੀਤਾ ਹੈ ਉਹਨਾਂ ਨੇ। ਨਾਲ ਮੇਰੇ ਮਨਿੰਦਰ ਸਿੰਘ ਜੀ ਵੀ ਨੇ, ਇਹ ਇੱਕ ਬਜ਼ੁਰਗ ਸਾਹਿਬਾਨ ਨੇ, ਇੱਕ ਯੰਗ ਜਨਰੇਸ਼ਨ ਨੇ ਅੱਜ ਦੀ। ਆਓ ਇਹਨਾਂ ਕੋਲ ਵੀ ਪੁੱਛੀਏ ਕਿ ਇਹਨਾਂ ਦਾ ਕੀ ਕਹਿਣਾ। ਤੁਸੀਂ ਇਸ ਸ਼ਹਿਰ ਰਹਿੰਦੇ ਹੈਗੇ ਹੋ, ਤੁਸੀਂ ਦੱਸੋ ਕਿ ਤੁਹਾਨੂੰ ਇਸ ਸਥਾਨ ਦੇ ਬਾਰੇ ਕੀ ਲੱਗਦਾ, ਕਿ ਤੁਹਾਨੂੰ ਲੱਗਦਾ ਗੁਰੂ ਨਾਨਕ ਦੇਵ ਜੀ ਇੱਥੇ ਆਏ ਹੋ ਸਕਦੇ ਨੇ ਜਾਂ ਕਦੀ ਆਏ ਸੀਗੇ, ਇਸ ਬਾਰੇ ਤੁਹਾਡਾ ਕੀ ਕਹਿਣਾ? ਇਸ ਬਾਰੇ ਸਾਡਾ ਇਹੀ ਕਹਿਣਾ ਕਿ ਕੁਛ ਤਾਂ ਹੈ, ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਪਾਸੇ ਆਏ ਸਨ, ਇਹ ਤਾਂ ਪੱਕਾ ਹੈ ਕਿ ਜੇ ਸਾਨੂੰ ਇੱਥੇ ਬਹੁਤ ਚੀਜ਼ਾਂ ਨੂੰ ਖਿੱਚ ਲਿਆਉਂਦੀ ਆ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਪਾਸੇ ਕਿਸੇ ਨਾ ਕਿਸੇ ਜਗ੍ਹਾ 'ਚ ਹੈ, ਔਰ ਸਾਨੂੰ ਇਹ ਯਕੀਨ ਆ ਕਿ ਆਉਣ ਵਾਲਾ ਕੁਛ ਸਮਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਸਾਨੂੰ ਕੁਛ ਨਾ ਕੁਛ ਜ਼ਰੂਰ ਦੱਸਣਗੇ, ਜਿਸ ਕਰਕੇ ਆਪਾਂ ਇਸ ਜਗ੍ਹਾ 'ਚ ਆਪਾਂ ਗੁਰੂ ਨਾਨਕ ਦੇਵ ਮਹਾਰਾਜ ਦਾ ਕੋਈ ਸਥਾਨ ਵੀ ਬਣਾਈਏ, ਜਾਂ ਮਤਲਬ ਕਿ ਜੋ ਸਬੂਤ ਸਾਨੂੰ ਨਹੀਂ ਮਿਲ ਰਹੇ ਉਹ ਵੀ ਉਹਨਾਂ ਦੇ ਕਿਰਪਾ ਦੇ ਨਾਲ ਸਾਨੂੰ ਮਿਲਣ ਦੇ ਆਸਾਰ ਨਜ਼ਰ ਆਉਣ ਦੇ ਨੇ।
ਬੜੀ ਚੰਗੀ ਸੋਹਣੀ ਗੱਲ ਕੀਤੀ ਇਹਨਾਂ ਨੇ ਅਤੇ ਅਸੀਂ ਵੀ ਇਹ ਸਾਹਿਬ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕਰਾਂਗੇ, ਅਰਦਾਸ ਕਰਾਂਗੇ ਕਿ ਉਹ ਆਪਣੇ ਤੱਥ ਆਪ ਉਜਾਗਰ ਕਰਨ ਅਤੇ ਸੰਗਤਾਂ ਨੂੰ ਦੱਸਣ ਕਿ ਉਹਨਾਂ ਦਾ ਉਹ ਸਥਾਨ ਕਿਹੜਾ ਹੈ ਜਿੱਥੇ ਕਦੀ ਉਹ ਬਿਰਾਜੇ ਸੀਗੇ। ਛੱਡੀ ਨਾ ਕਦੇ ਮੇਰੀ ਬਾਬਾ ਨਾਨਕਾ ਛੱਡੀ ਨਾ। ਨਾਜ਼ਰਾ ਸਥਿਤ ਇਹ ਮੰਦਿਰ ਦੇ ਵਿੱਚ ਪੁਰਾਣੀ ਧਰਮਸਾਲ ਤਾਂ ਸਾਨੂੰ ਦੇਖਣ ਨੂੰ ਨਹੀਂ ਮਿਲੀ, ਲੇਕਿਨ ਅਸੀਂ ਅਲੂਨੀਆ ਬਾਬਾ ਦੀ ਸਮਾਧ ਜ਼ਰੂਰ ਵੇਖੀ ਹੈਗੀ ਅਤੇ ਇਹ ਉਹ ਸਮਾਧ ਹੈ ਅਲੂਨੀਆ ਬਾਬਾ ਦੀ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੇ ਸ਼ਿਸ਼ ਸੀਗੇ। ਮੇਰੇ ਪਿੱਛੇ ਜਿਹੜਾ ਤੁਸੀਂ ਹੁਣੇ ਮੰਦਿਰ ਦੇ ਦਰਸ਼ਨ ਕੀਤੇ ਨੇ ਸ਼ਿਵ ਜੀ ਦਾ ਮੰਦਿਰ, ਇਹਦੇ ਬਾਰੇ 'ਚ ਆਖਣਾ ਹੈ ਕਿ ਇਹ ਤਕਰੀਬਨ 500 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। ਸੋ ਇਹ ਚੀਜ਼ਾਂ ਇਸ ਐਸਟੈਬਲਿਸ਼ ਕਰਦੀਆਂ ਨੇ ਕਿ ਇਹ ਪੁਰਾਤਨ ਸਥਾਨ ਹੈ, ਮੰਦਿਰ ਵੀ ਹੈ ਅਤੇ ਇਹ ਸਮਾਧ ਵੀ ਹੈ ਜਿਹੜੀ ਲੂਨੀਆ ਬਾਬਾ ਦੀ ਹੈ। ਜਿਹੜੀ ਚੀਜ਼ ਮਿਸਿੰਗ ਹੈ ਉਹ ਹੈਗਾ ਉਹ ਲਿੰਕ ਜਿਹੜਾ ਕਿ ਇੱਥੇ ਧਰਮਸਾਲ ਹੋਇਆ ਕਰਦੀ ਸੀ, ਜਿਹੜੀ ਕਿ ਲੂਨੀਆ ਬਾਬਾ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਸ਼ਿਸ਼ ਸੀਗੇ ਉਹਨਾਂ ਨੇ ਬਣਾਈ ਸੀ, ਉਹ ਸਾਨੂੰ ਦੇਖਣ ਨੂੰ ਨਹੀਂ ਲੱਭੀ। ਨਦੀ ਦਾ ਕੰਢਾ ਵੀ ਹੈ, ਤੁਸੀਂ ਦੇਖ ਸਕਦੇ ਹੋ ਰਾਈਟ ਸਾਈਡ ਨੂੰ, ਇੱਥੇ ਉਹ ਦਰਿਆ ਵਹਿ ਰਿਹਾ ਹੈ ਅਤੇ ਸਾਰੀ ਉਹ ਚੀਜ਼ਾਂ ਸਾਰੇ ਉਹ ਤੱਥ ਜਿਹੜੇ ਪ੍ਰਮਾਣਿਤ ਕਰ ਸਕਦੇ ਨੇ ਕਿ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀ, ਲੇਕਿਨ ਪਰੋਕਸ਼ ਰੂਪ ਦਾ ਕੋਈ ਪ੍ਰਮਾਣ ਨਾ ਹੋਣ ਦੇ ਕਾਰਨ ਅਸੀਂ ਇਹਨੂੰ ਕਨਫਰਮ ਤੌਰ 'ਤੇ ਨਹੀਂ ਕਹਿ ਸਕਦੇ। ਲੇਕਿਨ ਮਨ ਅੰਦਰੋਂ ਇਹ ਕਹਿੰਦਾ ਹੈ ਕਿ ਇਤਿਹਾਸਕਾਰਾਂ ਨੇ ਅਗਰ ਕੋਈ ਚੀਜ਼ ਲਿਖੀ ਹੈ ਜਾਂ ਇਤਿਹਾਸ ਵਿੱਚ ਇਹ ਦਰਜ ਹੈ ਕਿ ਗੁਰੂ ਨਾਨਕ ਦੇਵ ਜੀ ਨਾਜ਼ਰਾ ਆਏ ਸੀ, ਅਤੇ ਇਹ ਉਹਨਾਂ ਸਥਾਨਾਂ ਵਿੱਚੋਂ ਹੋ ਸਕਦਾ ਹੈ। ਆਓ ਹੁਣ ਤੁਹਾਨੂੰ ਅਸੀਂ ਲੈ ਕੇ ਚੱਲੇ ਹਾਂ ਆਸਾਮ ਦੀ ਪੁਰਾਣੀ ਰਾਜਧਾਨੀ ਅਤੇ ਇੱਥੇ ਦੇ ਅਹੋਮ ਰਾਜਾ ਦਾ ਮਹਿਲ, ਜਿੱਥੇ ਸ਼੍ਰੀਮਾਨ ਸ਼ੰਕਰ ਦੇਵ ਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਵਾਰਤਾ ਵਿਲਾਪ ਹੋਈ ਸੀ ਅਹੋਮ ਰਾਜਾ ਨਾਲ। ਲੈ ਨਾਲ ਪਾਈ ਮਰਦਾਨਾ ਬਾਬਾ ਕਰਨ ਉਦਾਸੀ ਚੱਲ ਪਿਆ। ਲੈ ਨਾਲ ਅਸੀਂ ਜਿਸ ਜਗ੍ਹਾ 'ਤੇ ਇਸ ਵਕਤ ਖਲੋਤੇ ਹੈਗੇ ਹਾਂ ਉਹਦਾ ਨਾਂ ਹੈ ਗਰਗਾਓਂ। ਗਰਗਾਓਂ ਆਸਾਮ ਦੀ ਪੁਰਾਤਨ ਰਾਜਧਾਨੀ ਕਿਹਾ ਜਾਂਦਾ ਹੈਗਾ ਇਹਨੂੰ। ਅਤੇ ਇਸ ਸਥਾਨ 'ਤੇ ਜਿਹੜਾ ਪਿੱਛੇ ਤੁਸੀਂ ਮੇਰਾ ਇਹ ਕਿਲ੍ਹਾ ਦੇਖ ਰਹੇ ਹੈਗੇ ਹੋ, ਇਹ ਮਹਿਲ ਸੀਗਾ ਰਾਜੇ ਦਾ ਜਿਹੜਾ ਕਿ 1540 'ਚ ਬਣਾਇਆ ਗਿਆ ਸੀਗਾ। ਜੇ ਅਸੀਂ ਗੱਲ ਕਰੀਏ ਅਹੋਮ ਡਾਇਨੈਸਟੀ ਦੀ ਤਾਂ ਉਹਦੀ ਸ਼ੁਰੂਆਤ ਹੋਈ ਸੀ 1228 ਵਿੱਚ ਅਤੇ 1826 ਵਿੱਚ ਜਿਸ ਵਕਤ ਅੰਗਰੇਜ਼ ਇੱਥੇ ਆਏ, ਈਸਟ ਇੰਡੀਆ ਕੰਪਨੀ ਆਈ ਅਤੇ ਬਰਮਾ ਨੇ ਇਨਵੇਟ ਕੀਤਾ ਆਸਾਮ ਦੇ ਉੱਤੇ, ਉਸ ਵਕਤ ਇਸ ਡਾਇਨੈਸਟੀ ਦਾ ਖਾਤਮਾ ਹੋਇਆ। ਖਾਸ ਚੀਜ਼ ਇਹ ਹੈ ਇਸ ਸਥਾਨ ਦੇ ਉੱਤੇ ਕਿ ਇਹ ਉਹ ਸਥਾਨ ਹੈ, ਇਹ ਉਹ ਗਰਗਾਓਂ ਉਹ ਰਾਜਧਾਨੀ ਹੈ ਜਿੱਥੇ ਸ਼੍ਰੀਮੰਤ ਸ਼ੰਕਰ ਦੇਵ ਅਤੇ ਗੁਰੂ ਨਾਨਕ ਦੇਵ ਜੀ ਇੱਥੇ ਆਏ ਅਤੇ ਅਹੋਮ ਰਾਜਾ ਜਿਹੜਾ ਉਸ ਵਕਤ ਦਾ ਸੀਗਾ ਉਹਦੇ ਨਾਲ ਵਚਨ ਵਿਲਾਸ ਹੋਇਆ। ਇਸ ਕਰਕੇ ਇਹਦੀ ਇੰਪੋਰਟੈਂਸ ਹੋਰ ਵੱਧ ਜਾਂਦੀ ਹੈ। ਆਓ ਤੁਹਾਨੂੰ ਅੰਦਰੋਂ ਦਿਖਾਉਂਦੇ ਹਾਂ ਇਹ ਸਥਾਨ ਕਿਸ ਤਰੀਕੇ ਦਾ ਹੈ ਅਤੇ ਇਹਦਾ ਹੋਰ ਇਤਿਹਾਸ ਕੀ ਹੈ। ਗਰਗਾਓਂ ਦੇ ਵਿੱਚ ਸਥਿਤ ਇਹ ਪੁਰਾਣਾ ਕਿਲ੍ਹਾ ਜਿਹੜਾ ਅਹੋਮ ਰਾਜਾ ਦੀ ਰਾਜਧਾਨੀ ਦੇ ਵਿੱਚ ਉਹਨਾਂ ਦਾ ਮਹਿਲ ਹੋਇਆ ਕਰਦਾ ਸੀਗਾ, ਇਹ ਸ਼ਿਵ ਸਾਗਰ ਤੋਂ ਤਕਰੀਬਨ 15 ਕਿਲੋਮੀਟਰ ਦੂਰ ਹੈ ਅਤੇ ਅਹੋਮ ਦੇ ਰਾਜ ਦੇ ਜਿੰਨੇ ਵੀ ਪੁਰਾਣੇ ਖੰਡਰ ਸੀਗੇ ਉਹਨਾਂ ਵਿੱਚੋਂ ਸਭ ਤੋਂ ਵੱਡਾ ਹੈ। ਇਸ ਇਮਾਰਤ ਦੀ ਖਾਸ ਗੱਲ ਇਹ ਹੈਗੀ ਕਿ ਇਸ ਇਮਾਰਤ ਨੂੰ ਪੱਥਰ, ਬੋਰਾ, ਚਾਵਲ ਅਤੇ ਬਤਖ ਦੇ ਅੰਡੇ ਜੈਸੀ ਚੀਜ਼ਾਂ ਨਾਲ ਮਿਲਾ ਕੇ ਬਣਾਇਆ ਗਿਆ ਹੈਗਾ। ਇਹਦੇ ਅੰਦਰ ਸੀਮੈਂਟ ਜਾਂ ਸਰੀਆ ਨਾਂ ਦੀ ਕੋਈ ਵੀ ਚੀਜ਼ ਇਸਤੇਮਾਲ ਨਹੀਂ ਕੀਤੀ ਗਈ। 1751 ਵਿੱਚ ਅਹੋਮ ਰਾਜਾ ਨੇ ਇਹਦੇ ਚਾਰੋਂ ਤਰਫ 5 ਕਿਲੋਮੀਟਰ ਦੀ ਇੱਕ ਲੰਬੀ ਦੀਵਾਰ ਵੀ ਬਣਵਾਈ ਸੀ ਜਿਹੜੀ ਕਿ ਇਸ ਵਕਤ ਦੇਖਣ ਨੂੰ ਨਹੀਂ ਮਿਲਦੀ। ਪੁਰਾਣੇ ਕਿਲ੍ਹੇ ਨੂੰ ਕਈ ਵਾਰ ਤੋੜਿਆ ਗਿਆ, ਕਈ ਵਾਰ ਬਣਾਇਆ ਗਿਆ। ਸੰਨ 1752 ਤੋਂ ਲੈ ਕੇ 1769 ਦੇ ਵਿੱਚ ਇਹਦਾ ਸਟਰਕਚਰ ਖੜ੍ਹਾ ਕੀਤਾ ਗਿਆ। ਇਹ ਜਿਹੜੀ ਇਮਾਰਤ ਤੁਸੀਂ ਵੇਖ ਰਹੇ ਹੈਗੇ ਹੋ ਇਹ 7 ਮੰਜ਼ਿਲਾ ਉੱਚੀ ਹੈਗੀ, ਜਿਹਦੀ 4 ਮੰਜ਼ਿਲ ਤੁਹਾਨੂੰ ਇਸ ਵਕਤ ਨਜ਼ਰ ਆ ਰਹੀਆਂ ਨੇ ਉੱਤੇ ਅਤੇ 3 ਮੰਜ਼ਿਲ ਇਹ ਜ਼ਮੀਨ ਦੇ ਥੱਲੇ ਨੇ। ਇਹਦੇ ਥੱਲੇ ਇੱਕ ਸੁਰੰਗ ਵੀ ਬਣੀ ਹੋਈ ਹੈਗੀ ਜਿਹੜੀ ਕਿ 15 ਕਿਲੋਮੀਟਰ ਲੰਬੀ ਹੈ। ਸੁੱਖ ਮਿਲਣਾ ਨਾ ਜੱਪਿਆ ਦੁੱਖਾਂ ਦਾ ਨਾਸ਼ ਹੋ, ਮਨੁੱਖਤਾ ਇੱਕੋ ਇੱਕ ਧਰਮ ਸਾਡਾ ਵੰਡ ਛੱਕਿਆ ਹਰ ਕੋਈ ਪਾਸ ਹੋ। ਮਚੂਕਾ ਦਾ ਰਸਤਾ ਕਾਫੀ ਲੰਬਾ ਸੀ, ਇਸ ਕਰਕੇ ਅਸੀਂ ਸ਼ਿਵ ਸਾਗਰ ਤੋਂ ਆ ਪੁੱਜੇ ਇਸ ਵਕਤ ਪਾਸੀਘਾਟ। ਪਾਸੀਘਾਟ ਤੋਂ ਮਚੂਕਾ ਤਕਰੀਬਨ 7-8 ਘੰਟੇ ਦਾ ਰਸਤਾ ਹੈ। ਇੱਥੇ ਗੁਰਦੁਆਰਾ ਸਾਹਿਬ ਵੀ ਜਾ ਕੇ ਰਹਿਰਾਜ ਸਾਹਿਬ ਦਾ ਪਾਠ ਹੋਇਆ, ਅਰਦਾਸ ਹੋਈ ਅਤੇ ਸਾਨੂੰ ਸਰੂਪਾ ਵੀ ਦਿੱਤਾ ਗਿਆ। ਅਸੀਂ ਆਪ ਸਭ ਦੇ ਬਹੁਤ ਸ਼ੁਕਰਗੁਜ਼ਾਰ ਹੈਗੇ ਹਾਂ, ਅਤੇ ਧੰਨਵਾਦੀ ਹੈਗੇ ਹਾਂ ਤੁਸੀਂ ਨਾ ਮਾਣ ਪਿਆਰ ਸਤਿਕਾਰ ਸਾਨੂੰ ਦਿੱਤਾ। ਕੱਲ੍ਹ ਸਵੇਰੇ ਅਸੀਂ ਤੜਕੇ 4 ਵਜੇ ਕੋਸ਼ਿਸ਼ ਕਰਾਂਗੇ ਇੱਥੋਂ ਨਿਕਲਣ ਵਾਸਤੇ ਮਚੂਕਾ, ਅਤੇ ਪਹੁੰਚ ਕੇ ਉੱਥੇ ਵੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ। ਤਦ ਤੱਕ ਤੁਸੀਂ ਵੇਖਦੇ ਰਹੋ ਦ ਟਰਬਨ ਟਰੈਵਲਰ ਐਂਡ ਸਪਿਰਚੁਅਲ ਜਰਨੀ ਔਨ PTC ਨੈਟਵਰਕ। ਛੱਡੀ ਨਾ ਕਦੇ
ਮੇਰੀ ਬਾਂ ਬਾਬਾ ਨਾਨਕਾ ਬਖਸ਼ ਦੇਵੀ ਮੇਰੇ ਬਖਸ਼ ਦੇਵੀ ਮੇਰੇ ਬਖਸ਼ ਦੇਵੀ ਮੇਰੇ ਤੂੰ ਗੁਨਾ ਬਾਬਾ ਨਾਨਕਾ ਛੱਡੀ ਨਾ ਕਦੇ ਮੇਰੀ ਬਾਂ ਬਾਬਾ ਨਾਨਕਾ